बाकी ते मॉडलों ने सब तोड़ी चाची माशाल्लाह ते फिजा कैंडी से मैं मॉडल बनाई है की आला सखावत नाज हर इलाके दी मॉडल इकट्ठी की थी भाजी या चीचो कोई मलियां तो लिया दी मॉडल्स के लिए तालियां होनी चाहिए आइए जी तो कपड़े ऐसे उठा रही हैं जैसे कीचड़ चो लंग रही हैं। लगता है वैसे भी पाए भी किसी ने उठा के ही है। ए तू हूँ अपनियां मॉडलां बुलाईयां ने? हाँ बुलाईयां। उन ऐसे मैं अपनियां मॉडलां बुलवाऊंगा। आज लक पता जाएगा कितनियां मॉडलां सही ने तो कितनियां नहीं। फैशन की दुनिया के इनकलाब आ जाएगा जब तो मेरियां मॉडलां होंगियां। सिर ते हाथ रख लो, अखा ते हाथ रख लो, पैर दी मिट्टी ना छड़ना आ रहीयां ने मेरियां मॉडलां। तू बुला रहे हैं ऐ ना वे बाबी तो दी पैणा नु ना बुला लवे तू चुप कर जा निर्बलो आज प्रोफेशनल मुकाबला होएगा मॉडलों के बीच अच्छा मॉडला बुलाने तो पहले ही इनू अटैक हो जाना मैं लगता अच्छा बुला मॉडला रिया ते तड़ फिंजरे आज मैं जिन हाजिर करण का तशरीफ लाती हैं बाबे की मॉडलें ऐडा तू कोऑर्डिनेटर चलन तो बाद इहो जियां रूहां बाहर आउंदियां ओए परा मार माफ करी फिजा मैं मॉडलां बवाईयां सन किसे दी मजा खोल के आ गई ए डीजल मॉडलो अगर अपनी यहां से मॉडल की दुकान बंद करके इधर आ जाओ पीछे हमारे मेहमान बैठे हुए इधर आओ हमने ऐसे ही थोड़ा जाना है सबसे पहले वो म्यूजिक लगाओ ठक ठक ठुक ठुक यार मेरी सहेलियों के लिए म्यूजिक बजा दो फैशन शो आया सी ना मॉडलों का फिर जिस बंदे ने अरेंज किया सी उन्हें फांसी हो गई हाँ वो मॉडलिंग हमने आम म्यूजिक पे तो नहीं की थी इन्हें बाजे बजाए सन ते असी फिर किया सी जिस बंदे ने ऐदी अल विचकार वाली है ते वेख हां दूर लगता किसी ने खुली कड़ी सटाई और परले वाले वे फालसे दा शरबत ਤੁਸੀਂ ਸਾਡੀ ਬਾਜੀ ਨੂੰ ਈਜ਼ੀ ਲੈ ਰਹੇ ਹੋ ਬਾਜੀ ਨੇ ਪਹਿਲੀ ਦਫਾ ਕਿਹਾ ਸੀ ਕਿ ਮਾਡਲਿੰਗ ਹੋਣੀ ਚਾਹੀਦੀ ਹੈ ਔਰ ਕਿਸੇ ਆਮ ਬੰਦੇ ਸਾਹਮਣੇ ਮਾਡਲਿੰਗ ਨਹੀਂ ਸੀ ਕੀਤੀ ਹਾਂ ਫਿਰ ਕਿਸਕੇ ਸਾਹਮਣੇ ਕੀਤੀ ਫਰਾਉਨ ਦੇ ਸਾਹਮਣੇ ਕੀਤੀ ਸੀ ਔਰ ਮਾਡਲਿੰਗ ਵੇਖ ਕੇ 6 ਮਹੀਨੇ ਬੇਹੋਸ਼ ਰਿਹਾ ਕੌਣ ਫਰਾਉਨ ਹੋਰ ਕੌਣ ਓਏ ਕਿਉਂ ਗੈਸਟਾਂ ਨਾਲ ਬਦਤਮੀਜ਼ੀ ਕਰ ਰਹੇ ਹੋ ਸ਼ਰਮ ਨਹੀਂ ਆ ਰਹੀ ਤੁਹਾਨੂੰ ਓਏ ਅਸਲਮ ਸਾਡੀ ਗੱਲ 'ਚ ਨਾ ਹੀ ਇੱਥੇ ਮਾਡਲਾਂ ਦਾ ਸਾਡਾ ਮੁਕਾਬਲਾ ਹੀ ਤੇ ਅੱਲਾ ਦੇ ਹੁਕਮ ਨਾਲ ਅਸੀਂ ਅੱਜ ਵੀ ਇਹਨਾਂ ਕੋਲੋਂ ਹਾਰਨਾ ਹੀ ਹੈ ਤਾਂ ਕਿਸੇ ਮਾਡਲ ਦਾ ਨਾ ਬਦਦਵਾ ਨਹੀਂ ਲਈਦੀ ਤੂੰ ਕੱਲ ਤਾਂ ਮਾਡਲ ਬਣ ਗਿਆ ਤੈਨੂੰ ਤਾਂ ਮੈਂ ਵੈਗਨ ਚਲਾਉਂਦਿਆਂ ਵੇਖਿਆ ਹਾਏ ਮੈਂ ਮਰ ਗਈ ਬਾਜੀ ਵੇਖੋ ਕਿਹੜੀ ਕਿਹੜੀ ਸੋਹਣੀ ਦੁਨੀਆ ਬੈਠੀ ਹੈ ਆ ਬਜ਼ੁਰਗ ਬਾਬਾ ਮਰ ਜਾਣਾ ਮੈਨੂੰ ਹੀ ਚਾਮੀ ਜਾਣ ਡਿਆ ਅਜੇ ਉਹ ਬਾਜੀ ਗੱਲ ਪਤਾ ਕੀ ਹੈ ਤੁਹਾਡੀ ਸ਼ਕਲ ਦਾ ਉਹਨਾਂ ਦਾ ਭਰਾ ਵਿਛੜਿਆ ਹੈ ਮੈਂ ਕਹਿ ਰਹੀ ਹਾਂ ਜਿਹੜੀ ਵਿਗ ਉਹਨੇ ਪਾਈ ਹੈ ਨਾ ਉਹ ਵਿਗ ਇਹਦੇ ਸਿਰ ਤੇ ਰੱਖੋ ਐ ਸੇਮ ਲੱਗਣਗੇ ਇਹ ਬੱਬੂ ਰਾਣਾ ਤੇ ਉਹ ਡੱਬੂ ਰਾਣਾ ਜੀਜਾ ਤੁਹਾਡੇ ਤੱਕ ਸ਼ੇਰ ਆਇਆ ਇੱਕ ਜੋੜਾ ਕਲੀਆਂ ਦਾ ਜੀਜਾ ਤੁਹਾਡਾ ਇੰਜ ਕੁਰਸੀ ਤੇ ਬੈਠਾ ਜਿਵੇਂ ਕੱਟਾ ਬਸਲੀਆਂ ਦਾ ਔਰ ਤੁਹਾਨੂੰ ਪਤਾ ਹੈ ਮਾਡਲਾਂ ਆਪਣੀ ਕਨਵੇਸ ਤੇ ਆਈਆਂ ਨੇ ਆਪਣੀ ਕਨਵੇਸ ਤੇ ਆਈਆਂ ਉਹ ਕਿਹੜੀ ਬਾਹਰ ਚਿੰਚੀ ਖੜਾ ਹੈ ਇਹ ਚਿੰਚੀ ਤੇ ਨਹੀਂ ਆਏ ਇਹਨਾਂ ਕੋਲ ਨਾ ਉਸ ਤੋਂ ਵੀ ਸਸਤੀ ਕਨਵੇਂਸ ਹੈ ਉਹ ਕਿਹੜੀ ਜਦੋਂ ਵੀ ਇਹਨੇ ਕਿਤੇ ਜਾਣਾ ਹੁੰਦਾ ਹੈ ਨਾ ਤੇ ਕੁੱਤੇ ਨੂੰ ਵੱਟਾ ਮਾਰਦਾ ਹੈ ਉਹ ਪਿੱਛੇ ਪਿੱਛੇ ਨੱਸਦਾ ਹੈ ਅੱਗੇ ਅੱਗੇ ਨੱਸਦੇ ਨੇ ਤੇ ਜਿੱਥੇ ਜਾਣਾ ਹੁੰਦਾ ਹੈ ਉੱਥੇ ਪਹੁੰਚ ਜਾਂਦੇ ਨੇ ਸਾਰੀਆਂ ਗੱਲਾਂ ਇੱਕ ਪਾਸੇ ਮੈਨੂੰ ਇੱਕ ਗਲਤ ਦੱਸੋ ਹਾਂਜੀ ਸਾਰੇ ਪ੍ਰੋਗਰਾਮ ਕਰਨ ਆਏ ਨੇ ਇਹ ਭਾਈ ਚਾਤਨਾ ਵੇਚਣ ਆਇਆ ਤੇ ਕੌਣ ਹੈ ਜਿਹਨੂੰ ਗਰਮੀ ਚ ਵੀ ਇੰਨੀ ਠੰਡ ਲੱਗ ਰਹੀ ਹੈ ਇਹ ਬੜਾ ਅੱਛਾ ਸਿੰਗਰ ਹੀ ਗਾਣੇ ਦੇ ਵਿੱਚ ਅਗਲਾ ਪਿਛਲਾ ਗੇਰ ਹੀ ਲਾਈ ਜਾਂਦਾ ਮਰ ਜਾਣਾ ਬਾਜੀ ਜੀ
ਸੁਣਾ ਦੇ ਮੈਂ ਸਭ ਨੂੰ ਸੁਣੀ ਹੈ ਹਾਂ ਬਾਜੀ ਸਿੰਗਰ ਜਿਹੜੇ ਹਾਂਜੀ ਉਹ ਗਾਉਂਦੇ ਗਾਉਂਦੇ ਨਾਲ ਚਿੜੀਆਂ ਵੀ ਛੱਡਦੇ ਉਹ ਕਿਸ ਤਰ੍ਹਾਂ ਮੈਨੇ ਡੋਲਣਾ ਡੋਲਣਾ ਇਹਦੀ ਸੀਬੋ ਲਾਲ ਦੀ ਭੈਣ ਹੀ ਛੋਟੀ ਪ੍ਰਵੀਨ ਖੱਟੀ ਉਧਰ ਗੁਲਾਬ ਹੈ ਤੁਸੀਂ ਸੜਿਆ ਤਜ਼ਾਬ ਹੋ ਤੁਹਾਡਾ ਤੇ ਦੁਰੀ ਫਿੱਟੇ ਮੋ ਤੇ ਮਾਸ਼ਾਅੱਲਾ ਮਾਸਟਰ ਤਾਲਬ ਵਾਲੇ ਕੱਪੜੇ ਪਾ ਕੇ ਆਏ ਹਾਂ ਤੈਨੂੰ ਸੁਭਾਨੁਲਾ ਮੈਂ ਕਲਾਟ ਕਿੱਥੇ ਜੇ ਕਲਾਟ ਮੇਰੇ ਕੋਲ ਹੀ ਹੈ ਤੈਨੂੰ ਚਾਹੀਦੀ ਦੱਸੀ ਹਾਏ ਮੈਂ ਮਰ ਗਈ ਬੜਾ ਜੂਸ ਪੀਣ ਡਈ ਹਾਂ ਖੂਨ ਦੇ ਕੇ ਆਈ ਹੈ ਤੂੰ ਓਏ ਕਿਉਂ ਮਹਿਮਾਨਾਂ ਨਾਲ ਬਦਤਮੀਜ਼ੀ ਕਰ ਮਹਿਮਾਨ ਨੇ ਜੂਸ ਵੀ ਪੀਣ ਕੇ ਚਾਹ ਵੀ ਪੀਣ ਕੇ ਤੁਹਾਨੂੰ ਤੇ ਕੋਈ ਟੁੱਟਾ ਛਿੱਤਰ ਨਹੀਂ ਮਾਰਦਾ ਦੋਰੀ ਫਿੱਟੇ ਮੂੰਹ ਤੁਹਾਡਾ ਨਹੀਂ ਹੁਣ ਫਿੱਟਣਾ ਪਾਈ ਮੇਰਾ ਦਿਮਾਗ ਘੁੰਮ ਗਿਆ ਮੈਂ ਤੰਦਾ ਜੀ ਜਿੰਨੀ ਬਿਸਤੀ ਹੋ ਰਹੀ ਹੋ ਨਾ ਇਸ ਕੁੜੀ ਦੀ ਵਹਿਤ ਹੋ ਰਹੀ ਕੀ ਇਹਦਾ ਨਾਂ ਹੈ ਅਸਲਮ ਪਹਿਲੇ ਇਹਨੂੰ ਪੁੱਛੀਏ ਇਹ ਤੁਹਾਡੀ ਬਾਜੀ ਜਿਹੜੀ ਮਾਡਲ ਬਣੀ ਹੈ ਨਾ ਸ਼ਕਲ ਇਹਦੀ ਖੋਤਿਆਂ ਵਰਗੀ ਹੈ ਨਹੀਂ ਮੈਂ ਖੱਕੇ ਜਾ ਤੁਹਾਡਾ ਖਾਣਾ ਖਰਾਬ ਮੈਂ ਤੇਰੇ ਝਾਟੇ ਝੂਟੇ ਪੁੱਟ ਲੈਣੇ ਹਾਂ ਮਰ ਗਈ ਹਾਏ ਮੇਰੀ ਲਾ ਮੇਰੀ ਬਾਜੀ ਦੇ ਵਾਲਾਂ ਨੂੰ ਹੱਥ ਲਾ Welcome back. You're watching Taza Se Kare Baatein. Chand Raat Mubarak. Nazim, baat ho rahi hai Chand Raat ki khushiyan celebrate karne ki. Aur jab Chand Raat ho aur hamara show aur yahan par mehndi ki baat na ho, aise kaise ho sakta hai? Bilkul nahi ho sakta. To Nazim, mehndi lagaiye, khushiyan manaiye, magar is SOP ko zarur follow kijiyega ki aapke bhi haath sanitize ho aur jo aapko mehndi laga rahi hai wo unke bhi haath sanitize ho aur thoda sa aap log apni distance ka aur mask ka jo hai wo bahut zyada khayal rakhe. Ye nahi ho ki aapke bilkul upar chadh ke mehndi koi laga la, thoda sa distance ke sath hum aapko batate hain किस तरह आज बहुत ही खूबसूरत मेहंदी जो लगाती हैं उनको हमने आज यहाँ पर दावत दी है. महविश को बुला रहे हैं, आइए जी. बहुत ही एक्सपर्ट हैं, बहुत अच्छी मेहंदी डिज़ाइन करती हैं. आइए जी वहाँ पर और देखिएगा आप नाज़रीन हम किस तरह से SOPs को फॉलो करते हुए यहाँ पर मेहंदी लगाएंगे. तो सायरा जी को सबसे पहले मेहंदी लगाइएगा. फिर जाकर यहाँ मेहंदी लगनी हमें बताती, हम बाबी और चाची को भी बुला लेते, उनको भी मेहंदी लग जाती. हरकतां ने ना उन्होंने मेहंदी नहीं हथकड़ियाँ ही लगनिया ने, जिथे जांदियां ने प्लेटां चोरी कर लेंदियां ने.